ਇੱਕ ਸ਼ਖਸ ਦੇ ਵੱਲੋਂ ਸੜਕ ਦੇ ਉੱਤੇ ਭਜਾ ਭਜਾ ਕੇ ਆਪਣੀ ਹੀ ਪਤਨੀ ਦੇ ਥੱਪੜ ਮਾਰੇ ਗਏ ਨੇ। ਉਸ ਨੂੰ ਬਾਲਾਂ ਤੋਂ ਫੜ ਕੇ ਘੜੀਸਿਆ ਗਿਆ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਘਰ ਦਾ ਕਲੇਸ਼ ਸੜਕਾਂ ਦੇ ਉੱਤੇ ਆ ਗਿਆ ਤੇ ਪਤੀ ਦੇ ਵੱਲੋਂ ਵੀ ਬੇਰਹਿਮੀ ਦੇ ਨਾਲ ਆਪਣੀ ਹੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਕਿਉਂਕਿ ਲਗਾਤਾਰ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਤਨੀ ਜੋ ਹੈ ਆਪਣੀ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਕਰਦੀ ਹੈ, ਪਰ ਬਨਿਆਨ ਪਾ ਕੇ ਆਇਆ ਹੋਇਆ ਇਹ ਸ਼ਖਸ ਸ਼ਰੇਆਮ ਹੀ ਆਪਣੀ ਪਤਨੀ ਨੂੰ ਲੋਕਾਂ ਦੇ ਸਾਹਮਣੇ ਕੁੱਟਦਾ ਨਜ਼ਰ ਆ ਰਿਹਾ। ਘਰ ਦਾ ਕਲੇਸ਼ ਸੜਕਾਂ ਦੇ ਉੱਤੇ ਆਇਆ ਅਤੇ ਆਪਣਾ ਹੀ ਇਹਨਾਂ ਨੇ ਜਲੂਸ ਕਢਾਇਆ। ਤਾਂ ਦੱਸ ਦਈਏ ਕਿ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਹ ਸ਼ਖਸ ਜੋ ਆਪਣੀ ਪਤਨੀ ਦੇ ਨਾਲ ਮਾਰਪਿੱਟ ਕਰ ਰਿਹਾ, ਇਸ ਨੂੰ ਆਪਣੇ ਆਪ ਨੂੰ ਮਰਦ ਕਹਾਉਣ ਦਾ ਵੀ ਕੋਈ ਹੱਕ ਨਹੀਂ ਹੈ, ਕਿਉਂਕਿ ਇਸਨੇ ਆਪਣੀ ਹੀ ਪਤਨੀ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਹਾਲਾਂਕਿ ਜੇਕਰ ਕੋਈ ਗੱਲ ਹੁੰਦੀ ਹੈ ਤਾਂ ਅਕਸਰ ਹੀ ਲੋਕ ਘਰ ਦੇ ਵਿੱਚ ਬੈਠ ਕੇ ਸੁਲਝਾ ਲੈਂਦੇ ਨੇ, ਪਰ ਇਹਨਾਂ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ ਨੇ। ਦੱਸ ਦਈਏ ਕਿ ਘਰ ਦਾ ਕਲੇਸ਼ ਸੜਕਾਂ ਦੇ ਉੱਤੇ ਲਿਆਂਦਾ ਅਤੇ ਸ਼ਰੇਆਮ ਹੀ ਲੋਕਾਂ ਦੇ ਸਾਹਮਣੇ ਆਪਣੀ ਪਤਨੀ ਨੂੰ ਕੁੱਟਿਆ। ਦੱਸ ਦਈਏ ਕਿ ਲੋਕ ਵੀ ਖੜ੍ਹੇ ਤਮਾਸ਼ਾ ਦੇਖਦੇ ਰਹੇ ਨੇ। ਤਾਂ ਦੱਸ ਦਈਏ ਕਿ ਕਈ ਲੋਕ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਜੋ ਕਿ ਇੱਕ ਦਰਸ਼ਕ ਬਣ ਕੇ ਇਹ ਸਾਰਾ ਹੀ ਮੈਚ ਦੇਖ ਰਹੇ ਨੇ। ਤਾਂ ਦੱਸ ਦਈਏ ਕਿ ਇੱਕ ਸ਼ਖਸ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਵਾਇਰਲ ਵੀਡੀਓ ਮੰਡੀ ਗੋਬਿੰਦਗੜ੍ਹ ਦੀ ਦੱਸੀ ਜਾ ਰਹੀ ਹੈ। ਗਊਸ਼ਾਲਾ ਰੋਡ ਦੇ ਉੱਤੇ ਕਿਹਾ ਜਾ ਰਿਹਾ ਕਿ ਇਸ ਸ਼ਖਸ ਦੇ ਵੱਲੋਂ ਆਪਣੀ ਹੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਪਤਨੀ ਆਪਣੀ ਜਾਨ ਬਚਾ ਕੇ ਭੱਜਦੀ ਨਜ਼ਰ ਆ ਰਹੀ ਹੈ, ਪਰ ਫਿਰ ਉਸਨੂੰ ਬਾਲਾਂ ਤੋਂ ਫੜ ਕੇ ਇਸ ਸ਼ਖਸ ਦੇ ਵੱਲੋਂ, ਇਸ ਦਰਿੰਦੇ ਦੇ ਵੱਲੋਂ ਕੁੱਟਿਆ ਜਾਂਦਾ ਹੈ। ਇੱਕ ਸ਼ਖਸ ਦੇ ਵੱਲੋਂ ਸੜਕ ਦੇ ਉੱਤੇ ਭਜਾ ਭਜਾ ਕੇ ਆਪਣੀ ਹੀ ਪਤਨੀ ਦੇ ਥੱਪੜ ਮਾਰੇ ਗਏ ਨੇ। ਉਸਨੂੰ ਬਾਲਾਂ ਤੋਂ ਫੜ ਕੇ ਘੜੀਸਿਆ ਗਿਆ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਘਰ ਦਾ ਕਲੇਸ਼ ਸੜਕਾਂ ਦੇ ਉੱਤੇ ਆ ਗਿਆ ਤੇ ਪਤੀ ਦੇ ਵੱਲੋਂ ਵੀ ਬੇਰਹਿਮੀ ਦੇ ਨਾਲ ਆਪਣੀ ਹੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਕਿਉਂਕਿ ਲਗਾਤਾਰ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਤਨੀ ਜੋ ਹੈ ਆਪਣੀ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਕਰਦੀ ਹੈ, ਪਰ ਬਨਿਆਨ ਪਾ ਕੇ ਆਇਆ ਹੋਇਆ ਇਹ ਸ਼ਖਸ ਸ਼ਰੇਆਮ ਹੀ ਆਪਣੀ ਪਤਨੀ ਨੂੰ ਲੋਕਾਂ ਦੇ ਸਾਹਮਣੇ ਕੁੱਟਦਾ ਨਜ਼ਰ ਆ ਰਿਹਾ। ਘਰ ਦਾ ਕਲੇਸ਼ ਸੜਕਾਂ ਦੇ ਉੱਤੇ ਆਇਆ ਅਤੇ ਆਪਣਾ ਹੀ ਇਹਨਾਂ ਨੇ ਜਲੂਸ ਕਢਾਇਆ। ਤਾਂ ਦੱਸ ਦਈਏ ਕਿ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਹ ਸ਼ਖਸ ਜੋ ਆਪਣੀ ਪਤਨੀ ਦੇ ਨਾਲ ਮਾਰਪਿੱਟ ਕਰ ਰਿਹਾ, ਇਸ ਨੂੰ ਆਪਣੇ ਆਪ ਨੂੰ ਮਰਦ ਕਹਾਉਣ ਦਾ ਵੀ ਕੋਈ ਹੱਕ ਨਹੀਂ ਹੈ, ਕਿਉਂਕਿ ਇਸਨੇ ਆਪਣੀ ਹੀ ਪਤਨੀ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਹਾਲਾਂਕਿ ਜੇਕਰ ਕੋਈ ਗੱਲ ਹੁੰਦੀ ਹੈ ਤਾਂ ਅਕਸਰ ਹੀ ਲੋਕ ਘਰ ਦੇ ਵਿੱਚ ਬੈਠ ਕੇ ਸੁਲਝਾ ਲੈਂਦੇ ਨੇ, ਪਰ ਇਹਨਾਂ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ ਨੇ। ਦੱਸ ਦਈਏ ਕਿ ਘਰ ਦਾ ਕਲੇਸ਼ ਸੜਕਾਂ ਦੇ ਉੱਤੇ ਲਿਆਂਦਾ ਅਤੇ ਸ਼ਰੇਆਮ ਹੀ ਲੋਕਾਂ ਦੇ ਸਾਹਮਣੇ ਆਪਣੀ ਪਤਨੀ ਨੂੰ ਕੁੱਟਿਆ। ਦੱਸ ਦਈਏ ਕਿ ਲੋਕ ਵੀ ਖੜ੍ਹੇ ਤਮਾਸ਼ਾ ਦੇਖਦੇ ਰਹੇ ਨੇ। ਤਾਂ ਦੱਸ ਦਈਏ ਕਿ ਕਈ ਲੋਕ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਜੋ ਕਿ ਇੱਕ ਦਰਸ਼ਕ ਬਣ ਕੇ ਇਹ ਸਾਰਾ ਹੀ ਮੈਚ ਦੇਖ ਰਹੇ ਨੇ। ਤਾਂ ਦੱਸ ਦਈਏ ਕਿ ਇੱਕ ਸ਼ਖਸ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਵਾਇਰਲ ਵੀਡੀਓ ਮੰਡੀ ਗੋਬਿੰਦਗੜ੍ਹ ਦੀ ਦੱਸੀ ਜਾ ਰਹੀ ਹੈ। ਗਊਸ਼ਾਲਾ ਰੋਡ ਦੇ ਉੱਤੇ ਕਿਹਾ ਜਾ ਰਿਹਾ ਕਿ ਇਸ ਸ਼ਖਸ ਦੇ ਵੱਲੋਂ ਆਪਣੀ ਹੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਪਤਨੀ ਆਪਣੀ ਜਾਨ ਬਚਾ ਕੇ ਭੱਜਦੀ ਨਜ਼ਰ ਆ ਰਹੀ ਹੈ, ਪਰ ਫਿਰ ਉਸਨੂੰ ਬਾਲਾਂ ਤੋਂ ਫੜ ਕੇ ਇਸ ਸ਼ਖਸ ਦੇ ਵੱਲੋਂ, ਇਸ ਦਰਿੰਦੇ ਦੇ ਵੱਲੋਂ ਕੁੱਟਿਆ ਜਾਂਦਾ ਹੈ।